मानसा के बटिंडा रोड पर खुले रेड टेप शोरूम में चोरी की घटना सामने आई है। शोरूम में गल्ले में रखे 68,000 रुपए और अन्य सामान चोरी हुआ पाया गया है। शोरूम के मालिक द्वारा नुकसान का अंदाजा लगाया जा रहा है। वहीं घटना की जानकारी मिलने पर सीसीटीवी के आधार पर थाना सिटी 2 पुलिस ने मामले की जाँच शुरू कर दी है। रात करीब 1 बजे स्टोर के पीछे की दीवार और आगे लगे ताले को तोड़कर एक व्यक्ति रेड टेप स्टोर में दाखिल हुआ और करीब 1.5 घंटे तक चोर स्टोर में रहा और नकदी और सामान बांध कर ले गया। स्टोर के मैनेजर जसपाल सिंह ने बताया कि स्टोर रोजाना सुबह 9:30 बजे खुलता है और कंपनी को फोन करके स्टोर खुलने के बारे में बताया जाता है। उन्होंने कहा कि जब सुबह 9:35 पर स्टोर खोला गया तो पता चला कि पिछली साइड से शटर खुला हुआ था और दीवारें टूटी हुई थी, जिसे पता चला कि किसी ने पिछली साइड से दीवार तोड़कर स्टोर के अंदर आकर चोरी की है। उन्होंने कहा कि गले में रखे करीब 68,000 रुपए चोरी हुए हैं और सामान का स्टॉक चेक करने के बाद बाकी नुकसान का पता चलेगा। उन्होंने कहा कि घटना की जानकारी पुलिस को दी गई है और पुलिस ने मौके का जायजा लिया है। वहीं पुलिस ने मामले में आगामी जांच शुरू कर दी है। ਸਾਡੀ ਜਿਹੜੀ ਟਾਈਮਿੰਗ ਹੈਗੀ ਸਵੇਰੇ 9:30 ਵਜੇ ਓਪਨ ਕਰਨ ਦੀ ਆ। 9:35 ਤੇ ਅਸੀਂ ਜਿਹੜਾ ਹੈਗਾ ਸਟੋਰ ਨੂੰ ਓਪਨ ਕੀਤਾ ਜੀ। ਓਪਨ ਕਰਕੇ ਅਸੀਂ ਅੱਗੇ ਚਲੇ ਗਏ। ਜਦੋਂ ਅਸੀਂ ਸਟੋਰ ਓਪਨ ਕਰਦੇ ਹਾਂ ਸਵੇਰੇ ਸਾਡੀ ਕੰਪਨੀ ਨੂੰ ਕਾਲ ਜਾਂਦੀ ਹੈ ਵੀ ਸਾਡਾ ਜਿਹੜਾ ਹੈਗਾ ਸਟੋਰ ਓਪਨ ਹੋ ਚੁੱਕਿਆ। ਉਸ ਤੋਂ ਬਾਅਦ ਕੰਪਨੀ ਨੂੰ ਕਾਲ ਲੱਗੀ ਹੋਈ ਸੀਗੀ ਅਤੇ ਲੜਕਿਆਂ ਨੇ ਅੱਗੇ ਜਾ ਕੇ ਲਾਈਟਾਂ ਲੂਟਾਂ ਚਲਾਈਆਂ। ਲਾਈਟਾਂ ਚਲਾਉਣ ਤੋਂ ਬਾਅਦ ਸਾਨੂੰ ਅੰਦਰ ਸ਼ਟਰ ਚੱਕਿਆ ਹੋਇਆ ਮਿਲਿਆ ਜੀ ਅਤੇ ਜਿਹੜਾ ਹੈਗਾ ਅੰਦਰੋਂ ਜਿਹੜਾ ਦੀਵਾਰ ਸੀ ਉਹ ਟੁੱਟੀ ਹੋਈ ਮਿਲੀ। ਉਸ ਤੋਂ ਬਾਅਦ ਮੈਂ ਕੰਪਨੀ ਨੂੰ ਕਿਹਾ ਵੀ 1 ਮਿੰਟ ਹੋਲਡ 'ਤੇ ਰਿਹੋ ਵੀ ਆਹ ਚੀਜ਼ ਇੱਥੇ ਆਹ ਗੱਲਬਾਤ ਹੋ ਗਈ। ਉੱਥੋਂ ਜਿਹੜਾ ਹੈਗਾ ਦੀਵਾਰ ਤੋੜ ਕੇ ਮੋਹਰਾ ਕੱਢਿਆ ਹੋਇਆ ਸੀਗਾ ਜੀ ਅਤੇ ਉੱਥੋਂ ਜਿਹੜਾ ਹੈਗਾ ਸਿੱਧਾ ਪਤਾ ਲੱਗ ਰਿਹਾ ਸੀਗਾ ਵੀ ਕੋਈ ਉੱਪਰੋਂ ਦੀ ਵੜਿਆ ਹੈਗਾ ਅਤੇ ਇੱਥੋਂ ਦੀ ਚੋਰੀ ਕੀਤੀ ਗਈ ਆ। ਕੈਸ਼ ਦਾ ਨੁਕਸਾਨ ਤਾਂ ਸਰ ਦੇਖੋ ਹੈਗਾ ਹੀ ਆਪਣਾ 68,000 ਕੈਸ਼ ਸੀਗਾ ਗੱਲੇ ਦੇ ਵਿੱਚ, ਉਹ ਚੋਰੀ ਹੋ ਗਿਆ ਜੀ। ਬਾਕੀ ਜਿਹੜਾ ਹੈਗਾ ਸਟੋਕ ਦੀ ਜਿਹੜੀ ਹੈਗਾ ਨੁਕਸਾਨ ਉਹ ਆਪਾਂ ਨੂੰ ਜਿਹੜਾ ਹੈਗਾ ਕੰਪਨੀ ਵੱਲੋਂ ਆਡਿਟ ਕਰਕੇ ਪਤਾ ਲੱਗੂਗਾ, ਕਿਉਂਕਿ ਤੁਹਾਨੂੰ ਵੀ ਪਤਾ ਜੀ 21,000-22,000 ਪੀਸ ਪਿਆ ਆਪਣੇ ਕੋਲ। ਜਦੋਂ ਆਪਾਂ ਉਹਨੂੰ ਪ੍ਰੋਪਰ ਆਡਿਟ ਕਰਾਂਗੇ ਤਾਂ ਸਾਰਾ ਜਿਹੜਾ ਹੈਗਾ ਆਪਾਂ ਨੂੰ ਪਤਾ ਲੱਗ ਜੂ, ਸਾਰਾ ਨਿਚੋੜ ਨਿਕਲ ਜੂ ਵੀ ਕੀ ਨੁਕਸਾਨ ਆ। ਪੁਲਿਸ ਨੂੰ ਸਰ ਜਾਣਕਾਰੀ ਅਸੀਂ ਉਸੇ ਵਕਤ ਹੀ ਦੇਤੀ ਸੀਗੀ ਜਦੋਂ ਸਾਨੂੰ ਇਹ 'ਚ ਗੱਲ ਪਤਾ ਲੱਗੀ, ਤਾਂ ਪੁਲਿਸ ਜੀ ਨੂੰ ਅਸੀਂ ਮੌਕਾ ਦਿਖਾਤਾ ਸੀਗਾ ਜੀ। ਉਹਨਾਂ ਨੇ ਆ ਕੇ ਮੌਕਾ ਦੇਖ ਲਿਆ ਸੀ ਕਿ ਕਿੱਥੋਂ ਕੀ ਗੱਲਬਾਤ ਹੋਈ ਹੈ, ਉਹ ਆਪਣੇ ਹਿਸਾਬ ਨਾਲ ਲਿਖ ਕੇ ਲੈ ਗਏ ਸੀ ਅਤੇ ਆਪਣੇ ਹਿਸਾਬ ਨਾਲ ਕਾਰਵਾਈ ਕਰ ਦੇਣਗੇ। ਸਾਨੂੰ ਸੂਚਨਾ ਮਿਲੀ ਹੈ ਰੈਡ ਟੇਪ ਦਾ ਸ਼ੋਰੂਮ ਹੈ, 3 ਕੋਨੀ ਪਾਸ ਹੈਗਾ, ਉਹਦਾ ਮੌਕਾ ਮੁਲਾਜ਼ਾ ਕੀਤਾ ਜਾ ਰਿਹਾ ਅਤੇ ਉਹਦਾ ਕਾਰਵਾਈ ਜਲਦੀ ਅਮਲ 'ਚ ਲਿਆਂਦੀ ਜਾ ਰਹੀ ਹੈ ਅਤੇ ਜੋ ਦੋਸ਼ੀ ਹੋਊਗਾ ਉਹਨੂੰ ਜਲਦ ਤੋਂ ਜਲਦ ਫੜ ਕੇ ਕਾਰਵਾਈ ਪੂਰੀ ਕੀਤੀ ਜਾਊ।